80 ਵੀ ਦੀ ਹੈ ਭਾਜੀ ਇਹ ਚ ਆਪਾਂ ਨੂੰ ਅਲੱਗ-ਅਲੱਗ ਕਲਰ ਕਲਰ ਮਿਲ ਜਾਣਗੇ ਭਾਜੀ ਸਾਰਾ ਨੀਲਾ ਪੀਲਾ ਹਰਾ ਸਾਰੇ ਰੰਗ ਮਿਲਣਗੇ ਕੀ ਬਾਤ ਹੈ ਹਰ ਇੱਕ ਰੰਗ ਮਿਲ ਜਾਊਗਾ ਆਪਾਂ ਨੂੰ 80 ਰੁਪਏ ਪ੍ਰਾਈਸ ਆ ਬੋਰੀ ਦਾ ਦੇਖੋ ਯਾਰ ਹਣਾ ਇਹ ਕਾਫੀ ਡਿਮਾਂਡੇਬਲ ਬੋਰੀ ਹੁੰਦੀ ਆ ਓਕੇ ਓਕੇ ਹਾਂਜੀ ਹਾਂਜੀ ਉਹਦੇ ਨਾਲ ਚੱਲਦੀ ਆ ਠੀਕ ਆ ਭਾਈ ਓਕੇ ਪਹਿਲੀ ਲੈਂਦੀ ਆ ਅਸੀਂ ਹਾਂਜੀ ਜੰਨੀ ਤੁਹਾਨੂੰ ਸਾਰੇ ਯਾਦ ਤੇ ਭਾਈ ਪ੍ਰਾਈਸ ਕੀ ਹੈ ਇਹਦਾ ਇਹਦਾ 210 ਬੋਸ ਦੀ ਸਪਰੇਅ ਆ ਕੀ ਬਾਤ ਹੈ 40 ਰੁਪਏ ਦਾ ਪ੍ਰਾਈਸ ਆ ਹਣਾ ਬਿਲਕੁਲ ਸਹੀ ਆ अपने दिखाओगे क्या बात है सब तो पहले देखो अपने हर्बल कलर आ चुके हुए ने भाई केडी ब्रांड देने है कोक ब्रांड देने ते एक किन दा आ जांदा मतलब पूरा है ये 150 दा पूरा है हैगा इच पांच कलर होणगे कलर है इना ना स्किन नहीं खराब होएगी ना हां जी हां जी हर्बल कलर ने ठीक है भाई ते हुन अपने को मड़े आगे दिखाओ और केडी केडी वैरायटी हैगी अपने कोल ते इधरले पासे देखो यार कितना कुछ लग्या होया वा हर एक तरह दीया ए भी कोक दई है ठीक है पक्का कलर जेड़े आजकल बहुत ज्यादा पसंद करदे है बच्चे हैना ते ए भी कोक दई है भाजी ते इदा प्राइस की आ मयूर कंपनी का ठीक है क्या बात है थोड़ा दले पास देख रहे हैं गन है ठीक है गन कि ਸੋਹਣਾ पहचान हो जाती ठीक है देखो पिंक भी पे अपने को सारे पे ऑरेंज ओरेंज सारे मिल जाने ने क्या बात है अपने भाई थोड़ा होर दिखाओ है सिलेंडर अजकल बहुत ज्यादा चलिया हुआ हाँ जी हाँ जी बहुत फेमस होया यूट्यूबर सारे यही यूज करते हैं टेस्टिंग दे विच आ देखो यार कोक ब्रांड दा वा देखो सिलेंडर किड्डा सोहना लगदा पिया भाई प्राइस की है दा 150 जी 150 150 आपां नूं देखो देखण नूं मिल रहे वा रेट आ लेकिन असीं लेस करके 150 दे रहे क्या बात 250 रुपया जेहड़ा हैगा रेट हैगा वा ते भाई किसी ने जे होलसेल रेट ते लेने होवे फिर ओह अलग रेट है थोड़ा जे होलसेल रेट तां दस होलसेल रेट ही है ठीक है भाई ओके रेट अलग होगे साडे फिर रिटेल दे अलग होणगे ठीक है रेट लगांदे नहीं सब नूं होलसेल ही दे रहे आ ठीक है भाई होलसेल रेट आवे चाहे होलसेलर आवे ठीक है भाई ओके इक ही रेट देने पे क्या बात है क्या बात है आ देखो यार किन्ना सोहना हैना आपां नूं मिल रहे वा सिलेंडर च भाई किन्ने होणगे 5 180 ਰੁਪਏ ਦੀ ਆਪਾਂ ਨੂੰ ਮਿਲਦੀ ਪਈ ਆ ਸਾਰੇ ਕਲਰ ਪਏ ਨੇ ਭਾਈ ਕਲਰ ਦਿਖਾ ਦੇ ਇੱਕ ਵਾਰੀ ਕਿਹੜੇ ਕਿਹੜੇ ਨੇ ਹਨਾ ਦੇਖੋ ਰੈੱਡ ਵੀ ਮਿਲ ਜੂਗਾ ਆਪਾਂ ਨੂੰ ਕੀ ਬਾਤ ਹੈ ਕਿੰਨਾ ਵਧੀਆ ਲੱਗਦਾ ਪਿਆ ਰੈੱਡ ਬਲੂ ਦੇ ਵਿੱਚ ਕੰਬੀਨੇਸ਼ਨ ਆ ਵੀ ਦੇਖੋ ਯਾਰ
ਕਾਫੀ ਵਧੀਆ ਲੱਗਦਾ ਪਿਆ ਵਾ ਪੀਸ ਆ ਦੇਖੋ ਯਾਰ ਕਿੱਡਾ ਸੋਹਣਾ ਪੀਸ ਆ ਭਾਈ ਪ੍ਰਾਈਸ ਸੇਮ ਹੀ ਨੇ ਸਾਰਿਆਂ ਦੇ ਯਾਰ ਦੇਖੋ ਬਿਲਕੁਲ ਸੇਮ ਪ੍ਰਾਈਸ ਨੇ ਹਨਾ ਜਿਹੜਾ ਮਰਜ਼ੀ ਕਲਰ ਲੈ ਲਓ ਜਿਹੜਾ ਮਰਜ਼ੀ ਡਿਜ਼ਾਈਨ ਜਿਹਾ ਲੈ ਲਓ ਹਨਾ ਆ ਦੇਖੋ ਯਾਰ ਪਿੰਕ ਕਲਰ ਕੁੜੀਆਂ ਵਾਲਾ ਹਨਾ ਕਾਫੀ ਵਧੀਆ ਲੱਗਦਾ ਪਿਆ ਵਾ ਵੀ ਕਲਰ ਤੇ ਥੋੜਾ ਜਿਹਾ ਹੋਰ ਦਿਖਾਓ ਭਾਈ ਆਪਾਂ ਨੂੰ ਥੋੜਾ ਜਿਹਾ ਹੋਰ ਦਿਖਾਓ ਪਚਕਾਰੀਆਂ ਆ ਦੇਖੋ ਭਾਈ ਜੀ ਕਿਹੜੀ ਗਾਨੇ ਜੀ ਪਈ ਆ ਇਹ ਵੱਡੀ ਸਾਰੀ ਆ ਦੇਖੋ ਯਾਰ ਕਿੱਡੀ ਵੱਡੀ ਆ ਤੇ ਕੀ ਬਾਤ ਹੈ दो तीन कलर है देखो इस पूरा डब्बा जो अपना कार्टून है भरिया हुआ वा देखो व्हाइट कलर भी मिल जा रही है अपने काफी वधिया कलर है हाँ जी आ भाई दिखाओ एक बार केड़ी पचकारी है काफी वड्डी लगती पी है आ देखो यार साइज देखो एक बार पचकारी का घट्टो घट्ट 4-5 फुट की पचकारी हैगी है ते भाई प्राइस की है गोल्ड कलर ने सिंगल पीस कितने दा मिलूगा पूरी पैकिंग मिलूगी ठीक है भाई 150 150 ਵਿੱਚ ਆਪਾਂ ਨੂੰ ਦੇਖੋ ਪੂਰੀ ਪੈਕਿੰਗ ਮਿਲੂਗੀ ਤੇ ਕੀ ਬਾਤ ਹੈ ਮਤਲਬ ਆਪਾਂ ਨੂੰ ਸਿੰਗਲ ਪੀਸ ਪੈ ਰਿਹਾ ਉਹੀ ਲਗਭਗ ਕੋਈ ਸਿੰਗਲ ਪੀਸ ਕਿੰਨੇ ਦਾ ਪਊਗਾ ਜੇ ਆਪਾਂ ਉਹਦਾ ਦੇਖੀਏ ₹50 ਦਾ ਸਿੰਗਲ ਪੀਸ ਪੈ ਰਿਹਾ ਆਪਾਂ ਨੂੰ ਹਨਾ ਦੇਖ ਸਕਦੇ ਹੋ ਕਾਫੀ ਵਧੀਆ ਪੈਕਿੰਗ ਹੋਈ ਹੋਈ ਹੈ ਹਨਾ ਲਓ ਭਾਜੀ ਦੇਖੋ ਤੇ ਆਪਾਂ ਨੂੰ ਛੋਟੇ ਸਾਈਜ਼ ਦਿਖਾ ਦਿਓ ਇੱਕ ਵਾਰੀ ਸਪਰੇ ਤੁਸੀਂ ਵੱਡੀਆਂ ਦਿਖਾਤੀਆਂ ਸੀਗੀਆਂ ਛੋਟੇ ਸਾਈਜ਼ ਵਾਲੀਆਂ ਵੀ ਆਪਣੇ ਕੋਲ ਪਈਆਂ ਨਹੀਂ ਗਿਆ ਆ ਦੇਖੋ ਯਾਰ 130 ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਛੋਟੇ ਸਾਈਜ਼ ਖਾਲੀ 30 ਯਾਰ ਦੇਖੋ ₹30 ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ �₹30 ਵਿੱਚ ਆਪਾਂ ਨੂੰ ਇਹ ਵੀ ਸਪਰੇ ਮਿਲ ਰਹੀ ਹੈ ਇਹਦੇ ਵਿੱਚ ਵੀ ਕਾਫੀ ਰੰਗ ਮਿਲ ਜਾ ਰਹੇ ਨੇ ਹਰਾ ਰੰਗ ਪਿਆ ਵਾ ਬਲੂ ਰੰਗ ਪਿਆ ਵਾ ਹਨਾ ਤੇ ਆਪਾਂ ਯਾਦ ਦਿਖਾਓ ਇਹ ਵੱਡੇ ਵਾਲੀ ਕਿਹੜੀ ਆ ਆਪਣੀ ਪੰਜਾਬ ਵਾਲੀ ਪਿੱਛੇ ਵਾਲੀ ਹਨਾ ਤੇ ਆ ਦੇਖੋ ਯਾਰ ਕਿੰਨੇ ਵੱਡੇ ਸਾਈਜ਼ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇੰਜੋਏ ਭਾਈ ਇਹਦੇ ਵਿੱਚ ਹਰਾ ਕਲਰ ਮਿਲ ਜੂਗਾ ਤੇ ਇਹਦਾ ਪ੍ਰਾਈਸ ਕੀ ਆ ₹70 ਯਾਰ ਦੇਖੋ ₹70 ਵਿੱਚ ਆਪਾਂ ਨੂੰ 750ml ਦੇਖਣ ਨੂੰ ਮਿਲ ਰਿਹਾ ਵਾ ਮਤਲਬ ਯਾਰ ਕਾਫੀ ਕੁਆਂਟੀਟੀ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਐਡੀ ਵੱਡੀ ਮੁੱਕਦੀ ਨਹੀਂ ਮਤਲਬ ਯਾਰ ਇਹ ਕੱਢ ਦੂਗੀ ਤੁਹਾਡੀ ਹੋਲੀ ਇੱਕ ਦਿਨ ਦੀ ਪੂਰੀ ਹਨਾ ਤੇ ਇਧਰਲੇ ਪਾਸੇ ਦੇਖੋਗੇ ਹੋਰ ਕਾਫੀ ਕੁਝ ਪਿਆ ਵਾ ਤੇ ਭਾਈ ਹੋਰ ਤੁਹਾਨੂੰ ਸਮੋਕ ਦਿਖਾਓ ਛੋਟੀ ਜੀ ਕੋਈ ਹੈਗੀ ਜੇ ਆਪਣੇ ਕੋਲ ਆ ਬਿੱਗ ਠੀਕ ਹੈ ਭਾਈ ਬਿੱਗ ਆ ਦੇਖੋ ਯਾਰ ਬਿੱਗ ਵੀ ਆਪਣੇ ਕੋਲ ਅੱਜ ਕੱਲ੍ਹ ਬਹੁਤ ਜ਼ਿਆਦਾ ਡਿਮਾਂਡ ਵਿੱਚ ਚੱਲ ਰਹੀ ਸੀ ਰੈਲੀ ਜਿਹੜੇ ਬੰਦੇ ਰੈਲੀ ਰੁੱਲੀ ਕਰਦੇ ਜਾਂ ਉਦਾਂ ਵੀ ਇੰਜੋਇਮੈਂਟ ਕਰਦੇ ਲੈ ਲੈਂਦੇ ਨੇ ਭਾਈ ਕੀ ਪ੍ਰਾਈਸ ਇਹਦਾ ₹100 ਕੀ ਬਾਤ ਹੈ ਯਾਰ ਦੇਖੋ ਬਾਲ ਕਾਫੀ ਲੰਬੇ ਨੇ ਇਹ ਤਾਂ ਪਹਿਲੀ ਵਾਰ ਦੇਖੀ ਇਹੋ ਜੀ ਤਾਂ ਮਿਲਦੀ ਨਹੀਂ ਉਹ ਛੋਟੇ ਛੋਟੇ ਬਾਲਾਂ ਵਾਲੀ ਹੁੰਦੀ ਹੈ ਸਾਰਿਆਂ ਕੋਲ ਹਨਾ ਹਾਂਜੀ ਨਵੀਂ ਚੀਜ਼ ਆ ਦੇਖੋ ਯਾਰ ₹100 ਚ ਆਪਾਂ ਨੂੰ ਦੇਖੋ ਬਿੱਗ ਦੇਖਣ ਨੂੰ ਮਿਲ ਰਹੀ ਆ ਆਹ ਵਾਲੀ ਤੇ ਭਾਈ ਆਹ ਵਾਲੀ ਦਿਖਾਇਓ ਪਚਕਾਰੀਆਂ ਕਿਹੜੀਆਂ ਛੋਟੀ ਵਾਲੀਆਂ
ਆ ਦੇਖੋ ਯਾਰ ਛੋਟੀ ਵਾਲੀ ਪਿਚਕਾਰੀਆਂ ਤੇ ਭਾਈ ਇਹਦਾ ਪ੍ਰਾਈਸ ਕੀ ਆ 70 ਰੁਪਏ ਦੇਖੋ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਵਾ ਇਹਦੇ ਵਿੱਚ ਵੀ ਦੇਖੋ ਪਿੱਛੇ ਟੈਂਕੀ ਲੱਗੀ ਹੋਈ ਹੈ ਇੱਕ ਵਾਰ ਭਰ ਕੇ ਤੁਸੀਂ ਚਲਾ ਸਕਦੇ ਹੋ ਤੇ ਅਲੱਗ ਅਲੱਗ ਡਿਜ਼ਾਈਨ ਦੇ ਵਿੱਚ ਕਿਆ ਵਾ ਤਾਂ ਕਲਰ ਵੀ ਕਿੱਡਾ ਸੋਹਣਾ ਵਾ ਤੇ ਬਾਕੀ ਯਾਰ ਸਾਈਜ਼ ਵੀ ਬਾਹਲਾ ਵਧੀਆ 80 ਰੁਪਏ ਦੀ ਕਿਆ ਵਾ ਤਾਂ 80 ਰੁਪਏ ਚ ਆਪਾਂ ਨੂੰ ਦੇਖਣ ਨੂੰ ਇਹ ਜੀ ਪ੍ਰੈਸ਼ਰ ਲੱਗਿਆ ਵੀਰੇ ਯਾਰ ਦੇਖੋ ਪ੍ਰੈਸ਼ਰ ਲੱਗਿਆ ਹੋਇਆ ਵਾ ਇਹ ਵੀ ਪ੍ਰੈਸ਼ਰ ਵਾਲੀ 80 ਰੁਪਏ ਚ ਆਪਾਂ ਨੂੰ ਮਿਲ ਰਹੀ ਹੈ ਕਿਆ ਬਾਤ ਹੈ ਹਨਾ ਤੇ ਇਧਰਲੇ ਪਾਸੇ ਵੀ ਕਾਫੀ ਕੁਝ ਪਿਆ ਵਾ ਵਾਟਰ ਬੋਲ ਵਾਲੀ ਹੈਗੀ ਆਪਣੇ ਕੋਲ ਵਾਟਰ ਬੋਲ ਵਾਲੀ ਆ ਦੇਖੋ ਯਾਰ ਵਾਟਰ ਬੋਲ ਦੇ ਪਿੱਛੇ ਲੱਗੀਆਂ ਹੋਈਆਂ ਨੇਗੀਆਂ ਪਿਚਕਾਰੀ ਇਹ ਪ੍ਰਾਈਸ ਕੀ ਇਹਦਾ ਯਾਰ ਦੇਖੋ 100 ਰੁਪਏ ਵਿੱਚ ਆਪਾਂ ਨੂੰ ਦੇਖੋ 4 ਕੁ ਫੁੱਟ ਵਾਲੀ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਪਿਚਕਾਰੀ ਕਾਫੀ ਵਧੀਆ ਲੱਗਦੀ ਪਈ ਆ ਹਨਾ ਤੇ 100 ਰੁਪਏ ਪ੍ਰਾਈਸ ਆ ਬਿਲਕੁਲ ਸਹੀ ਪ੍ਰਾਈਸ ਆ ਹਨਾ ਤੇ ਭਾਈ ਇੱਕ ਵਾਰੀ ਆਪਾਂ ਨੂੰ ਨਾ ਕਲਰ ਦੀ ਬੋਰੀ ਦੱਸੋ ਕਿੰਨੀ ਦੀ ਆਉਂਦੀ ਆ ਕਈ ਵਾਰੀ ਮੁੰਡੇ ਬੋਰੀ ਬੋਰੀ ਲੈ ਜਾਂਦੇ ਹੁੰਦੇ ਆ 10 ਕਿਲੋ ਦੀ 80 ਰੁਪਏ ਦੀ ਦਿਖਾਓ ਇੱਕ ਵਾਰੀ ਭਾਈ ਕਿਹੜੀ ਆਪਣੇ ਕੋਲ ਪਈ ਆ ਇਸ ਟਾਈਮ ਆ ਦੇਖੋ ਆਪਾਂ ਨੂੰ ਤੁਹਾਨੂੰ ਦਿਖਾਉਂਦੇ ਆ ਹਨਾ ਬੋਰੀ ਜਿਹੜੀ ਹੁੰਦੀ ਆ ਕਲਰ ਵਾਲੀ ਤੇ ਕਾਫੀ ਜ਼ਿਆਦਾ ਹਨਾ ਡਿਮਾਂਡ ਹੁੰਦੀ ਆ ਬੋਰੀ ਦੀ ਮੁੰਡੇ ਉਹ ਲੈ ਜਾਂਦੇ ਇੱਕੋ ਵਾਰੀ ਦੇ ਵਿੱਚ ਆ ਦੇਖੋ ਆਹ ਬੁਰੀ ਪਈ ਹੈ 10 ਕਿਲੋ ਦੀ ਯਾਰ ਆਹ 80 ਰੁਪਏ ਦੀ ਹੈ ਭਾਜੀ ਇਹ ਚ ਆਪਾਂ ਨੂੰ ਅਲੱਗ ਅਲੱਗ ਕਿਹੜੇ ਕਲਰ ਮਿਲ ਜਾਣਗੇ ਸਾਰਾ ਨੀਲਾ ਪੀਲਾ ਹਰਾ ਸਾਰੇ ਰੰਗ ਮਿਲਣਗੇ ਕੀ ਬਾਤ ਹੈ ਹਰ ਇੱਕ ਰੰਗ ਮਿਲ ਜਾਊਗਾ ਆਪਾਂ ਨੂੰ 80 ਰੁਪਏ ਪ੍ਰਾਈਸ ਆ ਬੋਰੀ ਦਾ ਦੇਖੋ ਯਾਰ ਹਨਾ ਇਹ ਕਾਫੀ ਡਿਮਾਂਡੇਬਲ ਬੋਰੀ ਹੁੰਦੀ ਆ ਤੇ ਕਾਫੀ ਰੈਲੀ ਡੁੱਲੀ ਵਾਲੇ ਮੁੰਡੇ ਕੱਢਦੇ ਨੇ ਹਨਾ ਉਹ ਤਾਂ ਇਹੀ ਯੂਜ਼ ਕਰਦੇ ਨੇ 80 ਰੁਪਏ ਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਾਫੀ ਸਟੈਚ ਪੇ ਅਦਲੇ ਪਾਸੇ ਵੀ ਦੇਖ ਸਕਦੇ ਹਾਂ ਤੇ ਭਾਈ ਹਰਬਲ ਰੰਗ ਵੀ ਪਿਆ ਆਪਣੇ ਕੋਲ ਹਨਾ ਇਹ ਕਿੰਨੇ ਕਿਲੋ ਦੀ ਹੈ ਭਾਜੀ ਤੇ ਕੋਕਰੀ ਬੋਰੀ ਹੈ ਹਨਾ ਕੀ ਬਾਤ ਹੈ ਬਿਲਕੁਲ ਸਹੀ ਰੇਟ ਤੇ ਦੇਖਣ ਨੂੰ ਮਿਲ ਰਹੀ ਹੈ ਇੱਕ ਵਾਰ ਤੁਸੀਂ ਨਿਗਾਹ ਮਾਰ ਲਓ ਇਧਰਲੇ ਪਾਸੇ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਵਾ ਤੇ ਭਾਜੀ ਬਹੁਤ ਬਹੁਤ ਥੈਂਕ ਯੂ ਵੀਡੀਓ ਬਣਵਾਉਣ ਦੇ ਲਈ ਤੇ ਇੱਕ ਵਾਰੀ ਮੋਬਾਈਲ ਨੰਬਰ ਦੁਬਾਰਾ ਦੱਸ ਦਿਓ ਇੱਕ ਵਾਰੀ ਹਨਾ ਵਿਊਅਰਸ ਨੂੰ ਕਈ ਵਾਰੀ ਉਹ ਹੋ ਜਾਂਦੇ ਆ ਲੱਭਦਾ ਨਹੀਂ 9316811058 ਤੇ ਅੱਜ ਦੀ ਵੀਡੀਓ ਇੰਨੀ ਸੀਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਬਾਏ